ਆਪਾਂ 1 ਵਜੇ ਰਾਈਟ ਹਸਨ ਫੈਮਿਲੀ ਵਲੌਗ ਤੇ ਤੁਸੀਂ ਜਾ ਕੇ ਦੇਖਣਾ ਹੈਗਾ। ਔਰ ਜੀ ਮਾਸ਼ਾਅੱਲਾ ਮਾਸ਼ਾਅੱਲਾ ਯੂਕੇ ਸੇ ਆਏ ਇਤਨੇ ਬੜੇ ਗਿਫਟ, ਵੈਰੀ ਨਾਈਸ। ਰਹਿਮਾਨ ਰਹੀਮ, ਅਸਲਾਮ ਅਲੈਕੁਮ, ਕੀ ਹਾਲ ਮੇਰੇ ਤਮਾਮ ਭੈਣ ਭਾਈਆਂ, ਠੀਕ ਠਾਕ ਹੋ? ਤਾਂ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਹਾਂ। ਬਾਕੀ ਜੀ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅਸਨੈਨ ਮਾਈ ਦਾ ਨਵਾਂ ਸੂਟ ਆ ਗਿਆ ਦੇਖੋ, ਜ਼ਿੰਦਗੀ ਚ ਪਹਿਲੀ ਵਾਰੀ ਇਸ ਨਵਾਂ ਸੂਟ ਪਾਇਆ। ਸਨੈਨ ਕਰੋ, ਬੰਦੇ ਦੇ ਸ਼ੌਕ ਚੈੱਕ ਕਰੋ, ਜਿਵੇਂ ਆਪਣੇ ਮੱਲੇ ਚ। ਅੱਛਾ ਵੀ ਪਿਸਟਲ ਲਈ ਫਿਰਦਾ, ਦਿਖਾਈ ਤਾਂ ਲੁਕਾਂਦਾ ਫਿਰਦਾ ਪਿਛਾ, ਦਿਖਾਈ ਮਰਾ। ਨਕਲੀ ਵੀ ਭੈਣ ਚ ਕਿੰਨਾ ਨਿਕਲ ਗਿਆ ਸੀ, ਇੱਕ ਨਹੀਂ ਨਿਕਲਿਆ ਹੈਗਾ, ਇਹ ਬੇਕਾਰ ਜਿਹਾ ਟੁੱਟਿਆ ਹੋਇਆ ਸਾਰਾ। ਚਲੋ ਖੇਲ ਸਨੈਨ, ਕਿਸੇ ਨੂੰ ਮਾਰੀ ਨਾ ਵਿੱਚੋਂ, ਅਸ਼ਰੇ ਜੇ ਲੱਗਦੇ ਹੀ ਨਹੀਂ। ਨਹੀਂ ਨਹੀਂ, ਉਹ ਦੂਸਰੇ ਨਹੀਂ ਨੇ। ਅੱਛਾ, ਹੋਰ ਹੈ ਤੀਰ ਜਿਹਾ। ਚਲੋ, ਔਰ ਬਾਕੀ ਜੀ ਇਹ ਵਾਲੇ ਕੱਪੜੇ ਲੈ ਕੇ ਆ, ਅਸਨ ਕਿਹੜੇ ਕੱਪੜੇ? ਅੱਛਾ, ਉਹ ਲੈ ਕੇ ਆ ਪਰਲੇ, ਬੱਚਿਆਂ ਦੇ ਨਵੀਂ ਵੈਰਾਈਟੀ ਹੈਗੀ, ਚੈੱਕ ਕਰੋ। ਹਾਂ, ਇਹ ਮਾਸ਼ਾਅੱਲਾ ਦੇਖੋ, ਅਸਨੈਨ ਨੂੰ ਇਹਦੇ ਨਾਲ ਦੇ ਦਿਆ ਨਾ ਆਪਾਂ। ਹਾਂ, ਉਹ ਅਲੱਗ ਪੈਨ ਹੈ ਉਧਰ, ਸਹੀ ਚੈੱਕ ਕਰੋ। ਅੱਬੂ ਜਾਨ ਬ੍ਰਾਂਡ ਦੇ ਆਪਾਂ ਕੱਪੜੇ ਲੈ ਆਂਦੇ ਹੁੰਨੇ ਆ, ਉਹ ਵੈਰੀ ਨਾਈਸ, ਵੈਰੀ ਨਾਈਸ, ਇੱਕ ਨੰਬਰ ਚੀਜ਼ ਹੈ ਨਾ, ਜ਼ਬਰਦਸਤ, ਆਪਣੇ ਸ਼ਹਿਰ ਚ ਨੇ ਉਹ ਜੀ ਮਿਲਦੇ ਨਹੀਂਗੇ। ਇਵੇਂ ਗੱਲ ਚੈੱਕ ਕਰੋ, ਇਹਦੇ ਨਾਲ ਥੱਲੇ ਨਹੀਂ, ਬੜੇ ਪਿਆਰੇ ਆ ਗਏ ਨੇ ਮਾਸ਼ਾਅੱਲਾ, ਬੜੇ ਪਿਆਰੇ। ਇਹ ਚੈੱਕ ਕਰੋ, ਇਹ ਜਿਹੜਾ ਆ ਪੈਂਟ ਸ਼ਾਲ ਤੇ ਹੈਗੀ, ਨਿੱਕਰ ਬੜੀ ਟਾਪ ਦੀ ਹੈਗੀ ਯਾਰ, ਦਿਖਾਈ ਦੇਖੋ ਜੀ, ਨਿੱਕਰ ਕਿਤਨੀ ਟਾਪ ਦੀ ਹੈਗੀ, ਬਹੁਤ ਹਾਰਡ ਹੈਗੀ, ਬਹੁਤ ਹਾਰਡ। ਫੱਟਾ ਸਬਜ਼ੀ ਅਸੀਂ ਕੱਲ ਇਨਸ਼ਾਅੱਲਾ ਸਾਰੀ ਲੈ ਕੇ ਆਣੀ, ਠੀਕ ਹੈ ਨਾ, ਮੰਗਵਾ ਲਾਂਗੇ। ਮੇਰੇ ਕੋਲ ਨੀ ਜਾਇਆ ਜਾਣਾ ਹਲੇ ਤੀਕਰ, ਤਕਲੀਫ਼ ਵਾਹ ਆਏਗੀ ਆਪਣਾ ਕਮਰ ਨੂੰ, ਤੇ ਕੱਲ ਮੰਗਵਾ ਲਾਂਗੇ ਇੱਥੋਂ ਆਪਣਾ, ਤੇ ਪਰਸੋਂ ਇਨਸ਼ਾਅੱਲਾ ਜਿਹੜਾ ਨਾ ਫਿਰ ਚੱਲਾਂਗੇ ਆਪਾਂ ਸ਼ਹਿਰ, ਇਨਸ਼ਾਅੱਲਾ ਚੱਲਾਂਗੇ। ਦੁਬਾਰਾ ਲੈ ਕੇ ਆਣੀਆਂ ਪੈਂਦੀਆਂ ਇਸ ਤਰ੍ਹਾਂ ਹੀ। ਦੇਖੋ ਬੱਚਿਆਂ ਦੇ ਮਾਸ਼ਾਅੱਲਾ ਬਹੁਤ ਪਿਆਰੇ ਸੂਟ, ਔਰ ਬੱਚਿਆਂ ਦੇ ਮਾਸ਼ਾਅੱਲਾ ਬਹੁਤ ਪਿਆਰੇ ਸੂਟ ਹੈਗੇ ਨੇ। ਔਰ ਮਹਿੰਦੀ ਵੀ ਲੈ ਕੇ ਆਇਓ, ਮਹਿੰਦੀ ਲੈ ਕੇ ਆਏ, ਆਰਕ ਕੋਨ ਮਹਿੰਦੀ, ਇਹਦੇ ਚੋਂ ਕਾਫੀ ਬਚਤ ਵੀ ਆਪਾਂ ਨੂੰ ਹੈਗੀ, ਡੱਬੇ ਪਿੱਛੋਂ ਡਬਲ ਡਬਲ ਹੀ ਹੈਗੀ, ਸਹੀ ਇੱਥੇ ਲੱਗੀ ਹੋਈ ਹੈ, ਟੇਪ ਲੱਗੀ ਹੋਈ ਹੈ, ਅੱਛੀ ਚੀਜ਼ ਬੜੀਆਂ ਨਾ ਘਰ ਚ ਤਿਆਰ ਕੀਤੀ ਹੋਈ ਹੈ, ਸਹੀ ਘਰ ਦੇ ਤਿਆਰ ਕੀਤੀ, 10 ਰੁਪਏ ਦੀ ਆਪਾਂ ਨੂੰ। ਓਕੇ ਹੋ ਗਿਆ, ਠੀਕ ਹੋ ਗਿਆ, 20 ਦੀ ਵਿਕਣੀ, 20 ਰੁਪਏ ਦੀ ਵਿਕਣੀ ਹੈ, 20 ਰੁਪਏ ਦੀ। ਔਰ ਬਾਕੀ ਇਹ ਤਾਂ ਰੁਟੀਨ ਵਾਜ਼ ਆਪਣਾ, ਜਿਹੜਾ ਸਮਾਨ ਪਹਿਲੇ ਦਾ ਪਿਆ ਹੈ ਨਾ, ਇਹ ਫਰੋਖਤ ਕਰਾਂਗੇ ਇਨਸ਼ਾਅੱਲਾ। ਔਰ ਬਾਕੀ ਹਸਨ ਬੇਟਾ, ਵਾਕੇ ਯਾਰ ਅੰਦਰ ਦੇਖਿਆ ਸੀ, ਇੱਥੇ ਯਾਦ ਨਹੀਂ ਰਹੀਆਂ, ਤੁਸੀਂ ਉੱਪਰ ਟੰਗ ਦਿੱਤੀਆਂ ਨੇ, ਇਹ ਹੁਣ ਕੱਪੜਿਆਂ ਤੇ ਜੁੱਤੀਆਂ ਦੀ ਦੁਕਾਨ ਬਣੀ ਖੜੀ, ਫਿਰ ਲਾਲ ਤਾਂ ਕੱਲ ਸਬਜ਼ੀ ਫਰੂਟ ਰੱਖੀ ਜਾਏਗਾ। ਔਰ ਬਾਕੀ ਇੱਕ ਹੋਰ ਬੜੀ ਖੁਸ਼ਖਬਰੀ ਕਿ ਮਿਸਤਰੀ ਆ ਰਿਹਾ ਹੈਗਾ, ਔਰ ਇਨਸ਼ਾਅੱਲਾ ਮਗਰੇ ਤੋਂ ਬਾਅਦ ਯਾਨੀ ਕਿ ਇਫਤਾਰੀ ਕਰਕੇ ਫੌਰਨ ਆ ਜਾਏਗਾ, ਉਸੇ ਤਰੀਕੇ ਆਪਾਂ ਨੂੰ ਬੈਂਚ ਬਣਾ ਕੇ ਦੇ ਜਾ। ਮੈਂ 2 ਦਿਨ ਬਿਮਾਰ ਪਿਆ ਰਿਹਾ ਤਾਂ ਕਰਕੇ ਤੋਂ ਆਇਆ ਨਹੀਂ ਹੈਗਾ। ਹਾਂ ਆ ਵੀ ਹਾਂ, ਜਦੋਂ ਆ ਪਲਸਤਰ ਹੋ ਗਿਆ ਹੋਰ ਪਿਆਰਾ ਲੱਗੇਗਾ ਉੱਤੇ ਪਿਆ ਹੋਇਆ, ਮੈਂ ਕਹਿੰਦਾ ਇਤਨਾ ਜ਼ਬਰਦਸਤ ਲੱਗੇਗਾ ਜਿੰਦਾ ਸਾਹਬ ਕੋਈ ਨਹੀਂ ਹੈਗਾ ਇਨਸ਼ਾਅੱਲਾ। ਹਾਲੇ ਇਸ ਤਰੀਕੇ ਕਬਾੜ ਦੇ ਵਿੱਚ ਨਹੀਂ ਜਿਵੇਂ ਅਸੀਂ ਖੜੇ ਹੈਗੇ, ਕਬਾੜ 'ਚ ਹੈਗੇ, ਕਰਨੇ ਆ ਇਨਸ਼ਾਅੱਲਾ ਨਾ ਅਨ ਕਰੀਬ। ਹਾਂ ਉਜਾੜ ਜਿਹਾ ਹੈਗਾ ਸੀ, ਹੁਣ ਤਾਂ ਜੁੱਤੀਆਂ ਅਤੇ ਕੱਪੜੇ ਵਗੈਰਾ ਹੈਗੇ ਨੇ, ਵਾਹ ਰੌਣਕ ਹੈਗੀ। ਚਲੋ ਅੱਲਾ ਪਾਕ ਕਰਮ ਕਰੇਗਾ ਇਨਸ਼ਾਅੱਲਾ। ਹਾਂ ਆਉਂਦਾ ਮਿਸਤਰੀ ਦਸਤੀ, ਉਹ ਫੋਨ ਕੀਤਾ ਉਹਨੂੰ, ਮੈਂ ਕਹਿੰਦਾ ਰਿਹਾ। ਹਾਂ ਇੱਥੇ ਵਾਰ ਭਰਨ ਦਿੱਪ ਗਿਆ, ਇੱਥੇ ਪਲਸਤਰ ਹੋ ਗਏ ਮਾੜਾ ਮਾੜਾ, ਪਲਸਤਰ ਤੇ ਇੱਥੇ ਤਾਂ ਕੋਈ ਨਹੀਂ, ਤਕਰੀਬਨ ਇੱਕ ਬੋਰੀ ਸੀਮੈਂਟ ਦੀ 2000 ਖਰਚਾ ਆਉਣਾ ਸਿਰਫ, ਇੱਧਰ ਤੇ ਉੱਧਰ ਦਾ 2000 ਫਰਸ਼ ਲੱਗ ਗਿਆ, ਤਾਂ ਫਿਰ ਸਾਈਡਾਂ ਪਲਸਤਰ ਕਰਾਵਾਂਗੇ, ਉਹ ਸਾਈਡ ਹੀ ਪਲਸਤਰ ਹੋ ਜਾਏਗੀ ਮੁਕੰਮਲ, ਔਰ ਇਹ ਸਾਈਡ ਵੀ ਇੱਥੇ ਤਿਕਰ ਮੁਕੰਮਲ ਪਲਸਤਰ ਹੋ ਜਾਏਗੀ। ਬਾਕੀ ਇਨਸ਼ਾਅੱਲਾ ਦੇਖਾਂਗੇ ਅੱਗੇ ਦਾ ਨਿਜ਼ਾਮ ਫਿਰ ਜਿਸ ਤਰ੍ਹਾਂ ਹੋਇਆ, ਲੇਕਿਨ ਇਹ ਜਿਹੜਾ ਨਾ ਗੈਪ ਹੈ ਮੁਕੰਮਲ। ਬਾਕੀ ਅਨਾਰ ਸਾਡਾ ਬਹੁਤ ਪਿਆਰਾ ਲੱਗ ਰਿਹਾ ਹਕੀਕਤ, ਹੱਦ ਤੋਂ ਵੱਧ ਦੇ ਦੇਖੋ। ਔਰ ਇਹ ਸਭ ਤੋਂ ਵੱਡਾ ਅਨਾਰ ਸਾਡਾ ਇੱਥੇ ਕਿਧਰੇ ਲੱਗਾ ਖੜਾ ਸੀ, ਹਾਂ ਬਥੇਰੇ ਲੱਗ ਰਹੇ ਨੇ ਦੇਖੋ, ਜਗ੍ਹਾ ਜਗ੍ਹਾ ਤੇ ਸਭ ਤੇ ਭਰਿਆ ਖੜਾ ਆਪਣਾ ਬੂਟਾ। ਬਾਕੀ ਅੱਲਾ ਪਾਕ ਖੈਰੀ ਸਲਾਮਤੀ ਤੋੜ ਚੜਾਵੇ। ਔਰ ਸਾਡੇ ਚੂਜ਼ੇ ਕੀ ਅਸੀਂ ਲੈ ਲੈ, ਇਹ ਦੇਖੋ ਉਮਰ ਮਾਈ ਵੀ ਬੈਠਾ ਤੇ ਸੀਰਤ ਫਾਤਮਾ, ਸੀਰਤ ਚੂਜ਼ੇ ਹੁਣ ਤੁਸੀਂ ਕੀ ਸਾਂਝੇ ਰੱਖੇ ਹੋ, ਦੇਖੋ ਉਹਨਾਂ ਦੀ ਬੈਠਣੀਆਂ, ਦੇਖੋ ਕਿਸ ਤਰ੍ਹਾਂ ਬੈਠੇ ਨੇ, ਉਹ ਨੂਰ ਦੀ ਸਹੇਲੀ ਹੈਗੀ ਭਾਈ ਸੀਰਤ। ਚਲੋ ਚਲੋ ਚਲੋ, ਛੁੱਟੀ ਹੋ ਗਈ,
दो ही ने, बाकी दो कितने? दूसरे दो अंदर फिर गए। अंदर फिर गए उन्हें। चलो माशाल्लाह। लाइन च देखो असल च यह उम्र होंगी हैगी खेलन कूदन की, वाकई ना असी तद ही नहीं रोकते है बच्चे बचपन फिर याद करते होंगे ना, असं जो बचपन याद करते होंगे सी असन। हाँ जिम्मे बचपन खेलते होंगे सी, हाले तीकर बचपन याद आता। आहो इस तरह ही हाँ सारे जेडे असी भैन भरा है या दोस्त मतलब कदर को मिल जाए असी हकीकत बड़िया यादा ताजिया करते हैं। और बाकी जी माशाल्लाह ये आ रही शेल्फा कटीजन लगिया ने इंशाला, और कटीज के जोड़ा पहले अपना बेंच बनया उनके नाल दे बेंच बनन लगे है ने। पहले बेंच तुम देखिया नहीं होना, जो मेरे भैया भाई नहीं देखा गया तुम दिखा दें, उनके नाल दी बनन लगिया ने बने लगे ने तीन बेंच, 1 2 3 3। और बाकी जी ये देखो माशाला ये बेंच हैगा, ये विचली इनकी स्पोर्ट हैगी आली जी ना नीचे लाई हुई, और देखो ना स्पोर्ट हैगी इतों मुकम्मल स्पोर्ट लगी हुई हैगी तोड़ तिकर, यानी कि ना बैठे उत्ते बैठन ना ना थले टुटे ना, और इधर इधर इन पल्ले ना हटन जे है ने लाया उत्तर उपर इन लाया हुआ। दूसरा की उन्होंने कहें गोल्ड सारा साइडा इन गोल्ड लगे हुआ देखो माशाला। और उस दिन जोड़ा माड़ा मोटा इन मटीरियल बचिया तो भी दिखा दवा, हालांकि पहले भी दो वीडियो दिखाया असं देख के हकीकत बहुत ज़्यादा खुश होना है, क्योंकि अज सुबह मैं किचन च वड़िया 5-6 दिन बाद तो देखिया माशाल्लाह ना रूह राजी हो गई हैगी भी आशा बेटी ने कितना प्यारा काम किया है देखो हकीकत है। और ये देखो थले वाह वाया है जिंदे ते बर्तन वगैरह ना टोटल रखे जाते हैं, इस तरीके लग रहा जिस तरह ना मट्टी की बनी हुई है पर छत्ती और इनू लिपाई हुई हुई लाल, लेकिन नहीं ये अपनी शेल्फा नालों बचे हुए टोटे वो असी मतलब है ना इस तरीके जोड़ के ये माशाल्लाह पर छत्ती बनाई हैगी देखो अंगीठी अंगीठी टाइप कितनी प्यारी लग रही हूँ, यानी कि हाफ बर्तन थले हाफ बर्तन उपर इन्हों की कलीना लैके ना कलीना की असं कहें भी एक बार खर्चा करिए इन्हों के पल्ले वगैरह बनवा लिए सारे गलियां के थले तो सोहना करके किचन बनवा दी, यानी कि उपर अलमारियां भी इतने लगवा दी बर्तन वाली, तो सांस चढ़ जाता है तुम पहली वीडियो देखे आना क्योंकि उनकी वजह तो ना तकलीफ हैगी गर्म दवाइयां खा खा के ना इस वजह तो मतलब अल्लाह पाक करम करेगा तो सांस फुल जाता है। और देखो माशाल्लाह कितना प्यारा लग रहा है स्टेप बाय स्टेप, हूँ नीचे भी बर्तन उपर ही बर्तन, अगे सिर्फ नीचे नीचे होंगे से हूँ उपर नीचे सारे बर्तन है। और जी छोटा जहा किचन हैगा साफ सुथरा हैगा बिल्कुल, इनके उत्ते पंखा लगवाने क्योंकि आशा बेटी इतने आटा वगैरह बना देना तो गर्मी लगेगी अगर गर्मी बहुत है। ये देखो ये किचन हैगा स्टोर रूम हैगा साडा। और जी मैं जा रहा है तो ऐशा बेटी आख्या हूँ मैं चूड़ियाँ जोड़िया है ना हूँ अबू जी दिखाओ, ये देखो अगे थले पी ना हूँ स्टेप बाय स्टेप उपर जोड़िया है हूँ ज़्यादा मतलब अच्छिया लग रही ने बड़िया ही प्यारिया लग रही ने देखो ओ नुक्कर कैसिया ने बेबी चूड़िया ने छोटे बच्चों दी ये भी छोटिया है नेड़िया भी बाकी ये भी छोटिया है बच्चों दी यही बच्चिया की छोटिया और ये भी बिल्कुल ही छोटिया छोटिया बेबी बेबी चूड़िया ने माशाल्लाह निक्के निक्के काकियां दी क्या बात पाइया हुई निक्के निक्के काकियां कितनी खूबसूरत लगन गी माशाल्लाह अल्लाह पाक उन्हें जिंदगी करे। ये देखो छोटी छोटी बाजू कितनी खूबसूरत लग रही ने माशाल्लाह। और जी वाकई मैं बहुत बहुत ज़्यादा खुशी होती है छोटी बच्चिया दी चीज़ा देख के छोटिया छोटिया हकीकत इतनी बेहद खुशी होती है कि अल्लाह पाक इतनी मतलब गुंजाइश देवे कि जी छोटी छोटी बच्चिया ने ना उन्होंने यानी कि उन्होंने को पैसे ना लै करिए उन्होंने फ्री है छोटी 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 चीज़ा यानी कि गिफ्ट कीतियाँ करिए चूड़िया की एक एक दर्जन होगी चूंटियाँ हो गई यह जी चीज़ा ना अल्लाह की कसम मेरा इतना दिल करता है ना कि बच्चिया चीज़ा खास तौर पर बच्ची कोई भी ना साढ़े घरों खाली जाए जी मतलब बच्ची आवे मेहमान या मतलब आवाढ़ गवाढ़ दे छोटी छोटी बच्चिया छोटी छोटी चीज़ा जीडिया ना गिफ्ट की जाइए क्योंकि अल्लाह पाक बहुत ज़्यादा रिस्क देता है अगर बच्चिया का खास ख्याल रखिए तो तुम अपनी बच्चिया का खास ख्याल रख्या करो पड़ोस ख्याल रख्या करो मतलब अगे पिछे जो रोड पर जाते प्यो कोई बच्चिया होंगे ने अस्तक सुरला कोई तो पेशा वराना होंगे ना मतलब मंगन तो मजबूर कर देंगे तो कुछ मजबूर भी होंगे ने बच्चिया जी मंग रही होंगे ने लेकिन तुम अल्लाह की रजा की खातर देना होंगे तो रास्ते जाते बच्चिया खास तौर पर मंगन तो मजबूर होवन तो उन्होंने कुछ ना कुछ जरूर दया करो। और बाकी जी औरतां आईयां ने पिंड दियां ते जुतियां लै गईयां ने दो तीन जोड़े सेल हो गए ने देखो तदे करके इत्थे बाहर आया पे सारा समान
ਤੇ ਇਹ ਕਹਿੰਦੇ ਨਾਲ ਦੀ ਸੇਲ ਹੋਈ ਹੈਗੀ ਤੇ ਇੱਕ ਗੱਲ ਬਣ ਇੱਥੇ ਹੋਰ ਹੈਗੀ ਇਹਦੇ ਨਾਲ ਦੀ ਨਹੀਂ ਸੇਲ ਹੋਈ ਹੋਰ ਬਰਾਊਨ ਵੀ ਹੈਗੀ ਉਹਦੇ ਨਾਲ ਦੀ ਸੇਲ ਹੋਈ ਹੈਗੀ ਇਹਦੇ ਨਾਲ ਦੀ ਦੋ ਸੇਲ ਹੋ ਗਈਆਂ ਬਾਕੀ ਚੱਕ ਹੁਣ ਅੰਦਰ ਰੱਖ ਦਿਓ ਹਾਂ ਜਦੋਂ ਗਾਹਕ ਆਵਣ ਮਤਲਬ ਔਰਤਾਂ ਇੱਥੇ ਅੰਦਰ ਲਿਆ ਕੇ ਉਹਨਾਂ ਨੂੰ ਦੇ ਦਿੱਤੀਆਂ ਅਤੇ ਫਿਰ ਮਤਲਬ ਬੰਦ ਕਰ ਦਿੰਦੇ ਅੰਦਰ ਰੱਖ ਦਿੰਦੇ ਕਿਉਂਕਿ ਬਾਹਰ ਹਾਲੇ ਤੀਕਰ ਬੈਂਚ ਵਗੈਰਾ ਬਣਨਗੇ ਨਾ ਬੈਂਚ ਵਗੈਰਾ ਬਣਨਗੇ ਔਰ ਪਲਸਤਰ ਹੋਵੇਗਾ ਫਿਰ ਇਨਸ਼ਾਅੱਲਾ ਨਿਜ਼ਾਮ ਬਹੁਤ ਅੱਛਾ ਹੋ ਜਾਏਗਾ ਔਰ ਫਿਰ ਬਾਹਰ ਯਾਨੀ ਕਿ ਨਾ ਬਾਹਰ ਸੈਟਅਪ ਕਰਤਾ ਕਰਾਂਗੇ ਦਿਨ ਨੂੰ ਔਰ ਰਾਤ ਨੂੰ ਚੱਕ ਕੇ ਅੰਦਰ ਲਿਆ ਕਰਾਂਗੇ ਬੈਂਚ ਬੈਂਚ ਸਾਬਤ ਹੀ ਚੱਕ ਕੇ ਅੰਦਰ ਰੱਖ ਦਿੱਤੇ ਇੱਥੇ ਕਿਉਂਕਿ ਖੁੱਲ੍ਹਾ ਸੇਨ ਹੈਗਾ ਚਾਰ ਲੈਨ 'ਚ ਰੱਖ ਦਿੱਤੇ ਅਤੇ ਦਿਨ ਨੂੰ ਇਵੇਂ ਚੱਕ ਕੇ ਬਾਹਰ ਰੱਖ ਦਿੱਤੇ ਪਲਸਤਰ ਹੋਏਗਾ ਕੋਈ ਟੈਨਸ਼ਨ ਨਹੀਂ ਆਉਂਦੀ ਜੀ ਸਭ ਤੋਂ ਵੱਡਾ ਮਸਲਾ ਹੁਣ ਸਾਡਾ ਇੱਕੋ ਹੀ ਮੇਨ ਰਹਿ ਗਿਆ ਹੈਗਾ ਬਾਹਰਲਾ ਪਲਸਤਰ ਕਿਉਂਕਿ ਪਲਸਤਰ ਨਾ ਕਰਾਈਏ ਤਾਂ ਸਾਡਾ ਇਹ ਮਤਲਬ ਇਹਨਾਂ ਲੱਖਾਂ ਰੁਪਈਆਂ ਦਾ ਕਾਰੋਬਾਰ ਜਿਹੜਾ ਨਾ ਇਹ ਇੱਕ ਕਿਸਮ ਦਾ ਹਕੀਕਤ ਖਿਲਾਫ ਹੈਗਾ ਕਿਉਂਕਿ ਇੰਨੀਆਂ ਅੱਛੀਆਂ ਅੱਛੀਆਂ ਚੀਜ਼ਾਂ ਹੈਗੀਆਂ ਪਈਆਂ ਹੁੰਦੀਆਂ ਅਤੇ ਥੱਲੇ ਰੋੜੇ ਹੀ ਰੋੜੇ ਹੁੰਦੇ ਹੈਗੇ ਨੇ ਮਤਲਬ ਬੱਚੇ ਆਉਂਦੇ ਨੇ ਜਾਂ ਵੱਡੇ ਆਉਂਦੇ ਨੇ ਕੁਛ ਬੰਦੇ ਤਾਂ ਸਮ ਤੰਦ ਕਰ ਜਾਂਦੇ ਨੇ ਆਏ ਲੱਖਾਂ ਰੁਪਈਆਂ ਦਾ ਸਮਾਨ ਲਿਆਏ ਬੈਠੇ ਨੇ ਤਾਂ ਥੱਲੋਂ ਪਲਸਤਰ ਕਿਉਂ ਉਹਨੇ ਕਰਾਉਂਦੇ ਹੁਣ ਉਹਨਾਂ ਨੂੰ ਕੀ ਪਤਾ ਵੀ ਇਹ ਇਹਦੇ ਵਿੱਚੋਂ ਅਗਰ ਸਮਾਨ 'ਚ ਪੈਸੇ ਕੱਢ ਕੇ ਅਸੀਂ ਪਲਸਤਰ ਕਰਾ ਲਈਏ ਅਤੇ ਫਿਰ ਕੰਮ ਖਰਾਬ ਹੀ ਹੋਣਾ ਬਾਕੀ ਅੱਲਾ ਕਰਮ ਕਰੇਗਾ ਇਨਸ਼ਾਅੱਲਾ ਅੱਜ ਕੱਲ੍ਹ ਦੇ ਵਿੱਚ ਨਾ ਇਹ ਅਰੇਂਜ ਕਰਨੇ ਆ ਚਾਰ ਪੰਜਾਂ ਦਿਨਾਂ ਦੇ ਵਿੱਚ ਜਿਵੇਂ ਵੀ ਹੈ ਨਾ ਮਤਲਬ ਜੋ ਹਾਂ ਬਿਲਕੁਲ ਬੁਲਾਉਂਦੇ ਹਾਂ ਅੱਜ ਉਹਦਾ ਨੰਬਰ ਕੋਈ ਨਹੀਂ ਹੈਗਾ ਦੂਸਰੇ ਦਾ ਆਬਦ ਦਾ ਲੇਕਿਨ ਬੁਲਾਉਂਦੇ ਹਾਂ ਇਜਾਜ਼ਤ ਦਾ ਇੱਕ ਲੈਣਾ ਨੰਬਰ ਲਾਜ਼ਮੀ ਹੈ ਨਾ ਨਹੀਂ ਮੁਕੰਮਲ ਆਪਾਂ ਨੂੰ ਮੁਕੰਮਲ ਕਰਾਉਣਾ ਹੈ ਮੁਕੰਮਲ ਬਿਲਕੁਲ ਮੁਕੰਮਲ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਨਾ ਚਲੋ ਹੋ ਜਾਵੇ ਨਾ ਪਲਸਤਰ ਹੋ ਜਾਵੇ ਸਾਰਾ ਮਾਸ਼ਾਅੱਲਾ ਸੋਹਣਾ ਸੈਟਲ ਹੋ ਜਾਵੇ ਨਾ ਤਾਂ ਉਸ ਤੋਂ ਬਾਅਦ ਅਸੀਂ ਜੇ ਨਾਫਤਾਰੀ ਕਰਾਵੀ ਉੱਥੇ ਬਾਹਰ ਸਫਾ ਪਾ ਕੇ ਤੇ ਸਾਰਿਆਂ ਨੂੰ ਸਕੂਨ ਨਾਲ ਰੋਜ਼ੇਦਾਰਾਂ ਨੂੰ ਬਵਾ ਕੇ ਤੇ ਸੋਹਣੀ ਤਰ੍ਹਾਂ ਅਸੀਂ ਨਾਫਤਾਰੀ ਕਰਾਵੀ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਵੀ ਤੁਸੀਂ ਸਾਰੇ ਬੜਾ ਬਾਈ ਦੁਆ ਕਰਨੀ ਕੱਲਾ ਪਾ ਕੇ ਇਨਸ਼ਾਅੱਲਾ ਅਨਕਰੀ ਬਣ ਕੇ ਹੋ ਜਾਵੇ ਮੇਰੀ ਬਹੁਤ ਜ਼ਿਆਦਾ ਸ਼ੌਕ ਹੈਗੀ ਜੀ ਇਤਨੀ ਦੇਰ ਮੋਬਾਈਲ ਫੜਿਆ ਹੈਗਾ ਹਕੀਕਤ ਬਹੁਤ ਮੁਸ਼ਕਲ ਹੋਈ ਹੈਗੀ ਬੇਗਮ ਗੱਲ ਕਰ ਰਹੀ ਸੀ ਮੈਂ ਟੋਕਿਆ ਨਹੀਂ ਹੈਗਾ ਹਕੀਕਤ ਪਰ ਮੁਸ਼ਕਲ ਬੜੀ ਹੋਈ ਹੈਗੀ ਕਿਉਂਕਿ ਤਕਲੀਫ ਹੋ ਗਈ ਸੀ ਕਮਰ ਨੂੰ ਹੁਣ 2 ਮਿੰਟ ਆਰਾਮ ਕਰਿਆ ਹੈਗਾ ਫਿਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਗੱਲ ਤੇਰੀ ਚੋਰੀ ਪਕੜੀ ਗਈ ਉਮਰ ਖੇਲਦਾ ਹੈਗਾ ਸਾਰਾ ਦਿਨ ਇੱਥੇ ਔਰ ਜੀ ਮਾਸ਼ਾਅੱਲਾ ਮਾਸ਼ਾਅੱਲਾ ਯੂਕੇ ਸੇ ਆਏ ਇਤਨੇ ਬੜੇ ਗਿਫਟ ਵੈਰੀ ਨਾਈਸ ਔਰ ਬਾਕੀ ਜੀ ਇਹ ਸਾਰਾ ਸਮਾਨ ਜਿਹੜਾ ਹੈਗਾ ਇਹ ਦੇਖੋ ਹਸਨ ਹਸਨ ਇਹਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਤੇ ਵੀ ਹਸਨ ਹਸਨ ਅਲੱਗ ਅਲੱਗ ਸਾਰਿਆਂ ਤੇ ਟੋਟਲ ਬੱਚੇ ਜਿਹੜੇ ਨੇ ਨਾ ਮਤਲਬ ਦੇਖ ਚੁੱਕੇ ਨੇ ਕਾਫੀ ਸਮਾਨ ਕਿਆ ਕਰ ਰਿਹਾ ਹੀ ਨਹੀਂ ਗਿਆ ਹੈਗਾ ਇਹਨਾਂ ਲੜਾਈ ਬਣਾ ਲਈ ਬੱਚੇ ਹਕੀਕਤ ਹੈ ਹਾਂ ਇਸ ਤਰ੍ਹਾਂ ਔਰ ਹਕੀਕਤ ਬਹੁਤ ਹੀ ਪਿਆਰੇ ਨਿਊ ਚੀਜ਼ਾਂ ਸਾਰੀਆਂ ਬਿਲਕੁਲ ਨਿਊ 200% ਨਿਊ ਯਾਨੀ ਕਿ ਨਾ ਕੋਈ ਚੀਜ਼ ਯੂਜ਼ ਹੋਈ ਹੈ ਨਹੀਂ ਸਭ ਚੀਜ਼ਾਂ ਜ਼ਬਰਦਸਤ ਬੱਚਿਆਂ ਦੀਆਂ ਲੇਕਿਨ ਹਾਂ ਇਨਸ਼ਾਅੱਲਾ ਅਸੀਂ ਅਨਬੋਕਸ ਕਰਾਂਗੇ ਹਸਨ ਫੈਮਿਲੀ ਵਲਾਗ ਵਿੱਚ ਇਹ ਤੁਹਾਨੂੰ ਸਿਰਫ ਖੁਸ਼ਖਬਰੀ ਦੇ ਰਹੇ ਹੈਗੇ ਹਾਂ ਮੇਰੇ ਚੈਨਲ 'ਤੇ ਹਸਨ ਕਿਸ ਟਾਈਮ ਵਾਲਾ ਵੀਡੀਓ ਜਾਵੇਗੀ ਤੇਰੀ ਕੱਲ੍ਹ ਇਨਸ਼ਾਅੱਲਾ 12 ਵਜੇ ਹਾਂ ਬਲਕਿ 1 ਵਜੇ ਦਾ ਆਡੀਅੰਸ ਨੂੰ ਟਾਈਮ ਦੇ ਦੀ ਆਪਾਂ 1 ਵਜੇ ਰਾਈਟ ਹਸਨ ਫੈਮਿਲੀ ਵਲੌਗ ਤੇ ਤੁਸੀਂ ਜਾ ਕੇ ਦੇਖਣਾ ਹੈਗਾ ਤੁਹਾਡੇ ਕੋਲ ਨੋਟੀਫਿਕੇਸ਼ਨ ਵੀ ਆ ਜਾਏਗਾ ਜਿਹਨੇ ਸਬਸਕ੍ਰਾਈਬ ਕੀਤਾ ਹੋਇਆ ਹਸਨ ਬੇਟੇ ਚੈਨਲ ਔਰ ਮਾਸ਼ਾਅੱਲਾ ਤੁਸੀਂ ਨਾ ਇੱਕ ਚੀਜ਼ ਹੁੰਦੀ ਹੈ ਨਾ ਵੀ ਐਵੇਂ ਯਾਰ ਹੈਗੀ ਤੇ ਨਹੀਂ ਦੇਖਣੀ ਹਕੀਕਤ ਸਾਡੀ ਖੁਸ਼ੀ ਦੀ ਇੰਤਹਾ ਨਹੀਂ ਹੈਗੀ ਔਰ ਅਸੀਂ ਹਕੀਕਤ ਹੈ ਨਾ ਅੱਜ ਮੇਰਾ ਖਿਆਲ ਹੈ ਵੀ ਜਿਹੜਾ ਰੋਜ਼ਾ ਹੈ ਨਾ ਉਹ ਵੀ ਨਹੀਂ ਲੱਗ ਰਿਹਾ ਹੈਗਾ ਜਦੋਂ ਔਰ ਜਦੋਂ ਦੇ ਹਕੀਕਤ ਹੈ ਨਾ ਕਸਮ ਖੁਦਾ ਦੀ ਬੋਰੇ ਆਏ ਹੈਗੇ ਨੇ ਯਾਨੀ ਕਿ ਰੋਜ਼ੇ ਦੀ ਪਿਆਸ ਸਭ ਕੁਛ ਖਤਮ ਕਿਉਂਕਿ ਖੁਸ਼ੀ ਇੰਨੀ ਹੈਗੀ ਮੇਰੀ ਭੈਣ ਨੇ ਇਤਨਾ ਪਿਆਰਾ ਸਮਾਨ ਇਤਨੀ ਪਿਆਰੀ ਮੁਹੱਬਤ ਔਰ ਇਤਨਾ ਹਕੀਕਤ ਹੈ ਨਾ ਮੈਂ ਕਹਿੰਦਾ ਸਪੈਸ਼ਲ ਬੱਚੀਆਂ ਵਾਸਤੇ ਜਿਹੜੇ ਗਿਫਟ ਭੇਜਣ ਨਾ ਖੁਦਾ ਦੀ ਕਸਮ ਇੰਝ ਦਿਲ ਕਰ ਰਿਹਾ ਵੀ ਸਿਸਟਰ ਮੇਰੇ ਕੋਲ ਹੁੰਦੀ ਨਾ ਅਤੇ ਮੈਂ ਉਹਦੇ ਪੈਰ ਚੁੰਮ ਲੈਂਦਾ ਕਿਉਂਕਿ ਭੈਣ ਮੇਰੀ ਨੇ ਇਤਨੀ ਤਗੀਦ ਨਾਲ ਔਰ ਸ਼ੋਪਿੰਗ ਕਰਕੇ ਭੇਜੀ ਹੈ ਬਹੁਤ ਜ਼ਿਆਦਾ ਇੰਤਹਾਈ ਖੁਸ਼ੀ ਹੋਈ ਹੈਗੀ ਹਕੀਕਤ ਕੋਈ ਮਤਲਬ ਹੈ ਇਤਨਾ ਕਰੀਬ ਰਹਿ ਕੇ ਆਪਣਾ ਵੀ ਨਹੀਂ ਕਰਦਾ ਹੈਗਾ ਜਿਤਨਾ ਮਤਲਬ ਹੈ ਇਤਨੇ ਸੱਤ ਸਮੁੰਦਰ ਪਾਰ ਬੈਠੇ ਹੋਏ ਸਿਸਟਰ ਮੇਰੀ ਇੰਗਲੈਂਡ ਦੇ ਵਿੱਚੋਂ ਨਾ ਸਪੈਸ਼ਲ ਤੋਹਫੇ ਭੇਜੇ ਨੇ ਔਰ ਸਪੈਸ਼ਲ ਥੈਂਕ ਯੂ ਸਿਸਟਰ ਥੈਂਕ ਯੂ ਆਪਕੀ ਮੁਹੱਬਤ ਕਾ ਬਹੁਤ ਬਹੁਤ ਸ਼ੁਕਰੀਆ ਹਕੀਕਤ ਹੈ ਨਾ ਔਰ ਹਸਨ ਫੈਮਿਲੀ ਵਲੌਗ ਤੇ 1 ਵਜੇ ਜਾ ਕੇ ਵੀਡੀਓ ਵਾਚ ਕਰਨੀ ਹੈ ਕੱਲ ਪਾਕਿਸਤਾਨੀ ਟਾਈਮ ਦੇ ਮੁਤਾਬਕ 1 ਵਜੇ ਪਾਕਿਸਤਾਨੀ ਟਾਈਮ ਦੇ ਮੁਤਾਬਕ ਤੁਹਾਡੇ ਕੋਲ ਜਿਹੜਾ ਹੋਵੇ ਤੁਸੀਂ ਦੇਖ ਲਿਆ ਜੇ ਬਾਕੀ ਹਕੀਕਤ ਹੈ ਸਿਸਟਰ ਫਿਰ ਇੱਕ ਵਾਰੀ ਥੈਂਕ ਯੂ ਹਕੀਕਤ ਹੈ ਫਸਟ ਟਾਈਮ ਸਾਡੇ ਲਈ ਇਤਨੇ ਪਿਆਰੇ ਔਰ ਅੱਛੇ ਗਿਫਟ ਆਏ ਨੇ ਔਰ ਸਾਡੀ ਪੂਰੀ ਫੈਮਿਲੀ ਦੁਆ ਗੋ ਹੈਗੀ ਕਿ ਅੱਲਾ ਪਾਕ ਤੁਹਾਨੂੰ ਹਮੇਸ਼ਾ ਤੰਦਰੁਸਤ ਤਵਾਨਾ ਔਰ ਲੰਬੀ ਜ਼ਿੰਦਗੀ ਉਮਰ ਦਰਾਜ਼ ਕਰੇ ਤੁਹਾਡੀ ਔਰ ਥੈਂਕ ਯੂ
और जी माशाल्लाह नूर बेटी तो जान छड ही नहीं रही हैगी, इंदी है जुतियां और इंदी माशाल्लाह फिराकां हैगियां ने छोटी छोटिया दो, हकीकत बहुत ज़्यादा खुश हैगी, बल्कि सारिया बच्चिया माशाल्लाह बहुत ज़्यादा खुश हैगियां ने। हसन बेटा तो खुशी की अंतहा ही नहीं ना, इतने जदों ये गए साहिवाल हसन ते हसन की अम्मी साहिवाल गए सी, तो जदों ये उतरे ने मोटरसाइकिल तो मैं इन्हों गुड न्यूज़ दी हैगी बोरिया की, तो हसन की खुशी की अंतहा नहीं, लींदा लपटींदा बोरिया के उत्ते थले कह रहा मेरी आंटी ने भेजे है ने, आंटी ने भेजे है ने, हकीकत ने बहुत ज़्यादा खुश होगा। और बाकी विलाग भी खत्म करिए क्योंकि नूर बेटे आज ना स्पेशल कुछ खिलाना है रोजे अफतारी टाइम। बाकी जी इंशाल्लाह कल दी वीडियो फिर मुलाकात होगी, तमाम भैन भाई रिक्वेस्ट है कि वीडियो मुकम्मल वाच कराया जाए, और जिन्हें चैनल नहीं सबसक्राइब किया सबसक्राइब भी जरूर कराया जाए। अल्लाह हाफिज़, अल्लाह निगेबान, दुआओं में याद रखना, थैंक यू।